ਕੀ ਤੁਹਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਜਿਹੜਾ ਇਹ ਸਵਾਲ ਸੁਣਿਆ, ਇਸੇ ਤਰ੍ਹਾਂ ਹੀ ਕਿਸੇ ਨੇ ਮੇਰੇ ਬੂਹੇ 'ਤੇ ਆ ਕੇ ਇਹ ਸਵਾਲ ਕੀਤਾ 2017 ਦੇ ਵਿੱਚ, ਅਤੇ ਉਹਦਾ ਮੈਨੂੰ ਕੀ ਜਵਾਬ ਮੈਂ ਦਿੱਤਾ, ਜਦੋਂ ਕਿ ਮੇਰੇ ਕੋਲ ਸਮਾਂ ਨਹੀਂ ਸੀ। ਪਰ ਉਹ ਇਹ ਸਵਾਲ ਹੀ ਐਸਾ ਸੀ ਕਿ ਇੱਕ ਘੰਟੇ ਦੀ ਸਾਡੀ ਜਿਹੜੀ ਹੈ ਗੱਲਬਾਤ ਹੋਈ, ਅਤੇ ਇਹ ਸਵਾਲ ਕਰਨ ਵਾਲੀ ਸੀ ਇੱਕ ਈਸਾਈ ਮਿਸ਼ਨਰੀ। ਸੋ ਅੱਜ ਅਸੀਂ ਇੱਕ ਗੰਭੀਰ ਵਿਸ਼ਾ ਜਿਹੜਾ ਹੈਗਾ ਈਸਾਈਆਂ ਅਤੇ ਨਿਹੰਗ ਸਿੰਘਾਂ ਦਾ ਆਪਸੀ ਜੋ ਟਕਰਾਅ ਹੋਇਆ ਉਹਦੇ ਬਾਰੇ ਗੱਲ ਕਰਨੀ ਹੈ। ਇਹਦਾ ਸਵਾਲ ਦੀ ਵੀ ਗੱਲ ਕਰਾਂਗੇ, ਜਿਹੜੀ ਮੈਂ ਸਵਾਲ ਕੀਤਾ ਤੁਹਾਨੂੰ, ਜਿਹੜਾ ਕੀਤਾ ਸਵਾਲ, ਇਹਦੇ ਬਾਰੇ ਵੀ ਗੱਲ ਕਰਾਂਗੇ ਵੀ ਕਿਵੇਂ ਈਸਾਈ ਮਿਸ਼ਨਰੀ ਜਿਹੜੇ ਹੈਗੇ ਤੁਹਾਡੇ 'ਤੇ ਆ ਕੇ ਤੁਹਾਡੇ ਬੂਹੇ 'ਤੇ ਖੜ੍ਹ ਜਾਂਦੇ ਨੇ, ਅਤੇ ਕਿਵੇਂ ਉਹ ਪ੍ਰਚਾਰ ਕਰਦੇ ਨੇ, ਅਤੇ ਕਿੱਥੇ ਕੁ ਤੱਕ ਜਾਇਜ਼ ਨੇ, ਜਾਂ ਕਿਵੇਂ ਬੰਦੇ ਉਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਜਾਂ ਕਿਵੇਂ ਲੋਕ ਕਹਿੰਦੇ ਨੇ ਵੀ ਉਹ ਧਰਮ ਪਰਿਵਰਤਨ ਕਰਦੇ ਨੇ, ਜਾਂ ਕਿਹੋ ਜਿਹਾ ਉਹਨਾਂ ਦਾ ਢੰਗ ਤਰੀਕਾ ਹੈ। ਸੋ ਉਸ ਤੋਂ ਪਹਿਲਾਂ ਇੱਕ ਇਹ ਗੱਲ ਕਰਦੇ ਵੀ ਨਿਹੰਗ ਸਿੰਘਾਂ ਨੇ ਜਿਹੜਾ ਉਹ ਆਪਣੀ ਕਾਰਵਾਈ ਕੀਤੀ ਹੈ ਉਹ ਕਿੱਥੇ ਕੁ ਤੱਕ ਜਾਇਜ਼ ਹੈ, ਕਿ ਕਿਸੇ ਨੂੰ ਆਪਣੇ ਧਰਮ ਦੀ ਗੱਲ ਕਰਨ ਦਾ ਅਧਿਕਾਰ ਹੈ ਜਾਂ ਨਹੀਂ ਹੈ, ਕਿ ਇਸ ਤਰ੍ਹਾਂ ਜਬਰੀ ਕਿਸੇ ਨੂੰ ਰੋਕਿਆ ਜਾ ਸਕਦਾ ਹੈ, ਇਹ ਕਿੱਥੇ ਕੁ ਤੱਕ ਜਾਇਜ਼ ਹੈ। ਤਲਵਾਰ ਦੇ ਹਥਿਆਰ ਦੇ ਜ਼ੋਰ 'ਤੇ ਅਸੀਂ ਕਿਸੇ ਨੂੰ ਧਰਮ ਨੂੰ ਕਿਸੇ ਨੂੰ ਦਬਾ ਸਕਦੇ ਹਾਂ ਜਾਂ ਨਹੀਂ। ਸੋ ਕਈ ਤਰ੍ਹਾਂ ਦੇ ਸਵਾਲ ਨੇ ਕਿ ਮਿਸ਼ਨਰੀ ਜਿਹੜੇ ਹੈਗੇ ਜੇ ਧਰਮ ਪਰਿਵਰਤਨ ਕਰ ਰਹੇ ਨੇ ਉਹ, ਤਾਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਅਤੇ ਕਿੱਥੇ ਕਮੀ ਰਹੀ ਹੈ ਕਿ ਉਹ ਐਡਾ ਵੱਡਾ ਪਸਾਰਾ ਜਿਹੜਾ ਉਹ ਆਪਣਾ ਖੜ੍ਹਾ ਕਰ ਗਏ ਨੇ ਕਿ ਸਿੱਖ ਸਾਡੇ ਸੁੱਤੇ ਰਹੇ ਨੇ, ਅਤੇ ਹੁਣ ਸਾਡੇ ਜਿਹੜੇ ਬੱਚੇ ਨੇ ਪੱਗਾਂ ਵਾਲੇ ਦਸਤਾਰਾਂ ਵਾਲੇ ਜਿਹੜੇ ਹੈਗੇ ਉਹ ਉਹਨਾਂ ਤੋਂ ਜਾ ਕੇ ਤਿਲਕ ਲਵਾਈ ਜਾਂਦੇ ਨੇ, ਉਹਨਾਂ ਤੋਂ ਜਾ ਕੇ ਆਪਣਾ ਧਰਮ ਜਿਹੜਾ ਪਰਿਵਰਤਨ ਕਰੀ ਜਾਂਦੇ ਨੇ, ਕਿੱਥੇ ਜਿਹੜੀਆਂ ਸਾਡੀਆਂ ਕਮੀਆਂ ਰਹਿ ਗਈਆਂ, ਤਾਂ ਉਹਦੇ ਬਾਰੇ ਅਸੀਂ ਜਿਹੜੇ ਅੱਜ ਗੱਲ ਕਰਾਂਗੇ। ਅਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਵੀ ਜਿਹੜੀ ਗੱਲ ਹੈ ਵੀ ਸਿੱਖੀ ਦਾ ਫਲਸਫਾ ਕੀ ਹੈਗਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰ ਅਜਿਓ, ਮਾਨਸ ਕੀ ਜਾ ਸਵੈ ਏਕੈ ਪਹਿਚਾਨਵੋ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਫਿਰ ਆਉਂਦਾ ਹੈ, ਜਬ ਆਪ ਕੀ ਔਧ ਨਿਧਾਨ ਬਣੈ, ਅਤ ਹੀ ਰਨ ਮੈਂ ਤਬ ਜੂਝ ਮਰੂ। ਸੋ ਇਹ ਜਿਹੜੇ ਸਿੱਖੀ ਦਾ ਫਲਸਫਾ ਹੈ, ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ, ਸਿੱਖ ਨਾ ਕਿਸੇ ਨੂੰ ਭੈ ਦਿੰਦਾ ਹੈ, ਅਤੇ ਨਾ ਹੀ ਉਹ ਕਿਸੇ ਦਾ ਭੈ ਕਿਸੇ ਦੇ ਡਰ ਤਾਂ ਕਿਸ ਤੋਂ ਡਰਦਾ ਹੈ। ਅਤੇ ਜਦ ਸਾਰੇ ਹਿੱਲੇ ਵਸੀਲੇ ਖਤਮ ਹੋ ਜਾਂਦੇ ਨੇ ਤਾਂ ਸਿੱਖ ਫਿਰ ਤਲਵਾਰ ਜਿਹੜਾ ਚੁੱਕਦਾ ਹੈ। ਸੋ ਸਿੱਖਾਂ ਨੇ ਤਲਵਾਰ ਜੇ ਉਦੋਂ ਚੁੱਕੀ ਹੈ ਉਹ ਜਾਇਜ਼ ਜਾਂ ਨਜਾਇਜ਼ ਉਹਦੇ ਗੱਲ ਤਾਂ ਨਹੀਂ ਜਾਂਦੇ, ਕਿਉਂਕਿ ਉਹਨਾਂ ਨੇ ਸਮਝ ਲਿਆ ਉਹ ਜਿਹੜੇ ਨਿਹੰਗ ਸਿੰਘ ਸੀ ਉਹ ਵੀ ਕਈ ਤਰ੍ਹਾਂ ਕਈ ਸਮਿਆਂ ਤੋਂ ਸੁਣਦੇ ਆ ਰਹੇ ਵੀ ਜਿਹੜੇ ਈਸਾਈ ਹੈ ਉਹ ਇਸ ਤਰ੍ਹਾਂ ਜਿਹੜੇ ਹੈਗੇ ਆ ਪਖੰਡ ਕਰਕੇ ਔਰ ਭੋਲੇ ਭਾਲੇ ਬੰਦਿਆਂ ਨੂੰ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਭਰਮਾ ਕੇ ਉਹਨਾਂ ਨੂੰ ਬਨੋਟੀ ਸ਼ਕਤੀਆਂ ਦਿਖਾ ਕੇ ਉਹ ਉਹਨਾਂ ਨੂੰ ਭਰਮਾ ਕੇ ਆਪਣੇ ਨਾਲ ਜੋੜ ਰਹੇ ਨੇ, ਜੋ ਕਿ ਇੱਕ ਤਰ੍ਹਾਂ ਨਾਲ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ। ਉਸ ਧੋਖੇ ਤੋਂ ਬਾਹਰ ਕੱਢਣ ਲਈ ਜਿਹੜੇ ਹੈਗੇ ਉਹਨਾਂ ਨੇ ਸਿੱਧਾ ਹੀ ਜਿਹੜਾ ਹੈਗਾ ਜਬ ਆਪ ਕੀ ਔਧ ਨਿਧਾਨ ਬਣੇ ਅਤ ਹੀ ਰਹਿਣ ਵਾਲ ਰਨ ਮੈਂ ਤਬ ਜੂਝ ਮਰੋ ਵਾਲੀ ਜਿਹੜੀ ਹੈ ਫਲਸਫਾ ਜਿਹੜਾ ਪਹਿਲਾਂ ਹੀ ਉਹਨਾਂ ਨੇ ਕਰ ਲਿਆ, ਜਾਂ ਉਹ ਪਹਿਲਾਂ ਤੋਂ ਹੋ ਸਕਦਾ ਵੀ ਇਸ ਗੱਲ 'ਤੇ ਪਹਿਲਾਂ ਉਹਨਾਂ ਨੇ ਯਤਨ ਕੀਤੇ ਹੋਣ, ਨਹੀਂ ਯਤਨ ਸਫਲ ਹੋਏ ਤਾਂ ਫਿਰ ਇੱਥੇ ਆ ਗਏ ਨੇ, ਉਹ ਤਾਂ ਉਹ ਨਿਹੰਗ ਸਿੰਘ ਹੀ ਦੱਸ ਸਕਦੇ ਨੇ। ਗੱਲ ਕਰਦੇ ਹਾਂ ਕਿ ਕਿਸੇ ਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਕਿਸੇ ਨੂੰ ਆਪਣੇ ਧਰਮ ਦੀ ਗੱਲ ਕਰਨ ਦੀ ਜਿਹੜੀ ਹੈਗੀ ਹੈ ਖੁੱਲ੍ਹਣੀ ਹੈਗੀ, ਅਤੇ ਉਹਨਾਂ ਨੂੰ ਇੱਦਾਂ ਰੋਕਣਾ ਹੈ ਜਾਂ ਰੋਕਿਆ ਜਾਂਦਾ ਹੈ ਤਾਂ ਕਿਵੇਂ ਰੋਕਿਆ ਜਾ ਸਕਦਾ ਹੈ। ਆਪਾਂ ਜਾਣਦੇ ਹਾਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਗੁਰੂ ਨਾਨਕ ਪਾਤਸ਼ਾਹ ਜਿਹੜੇ ਕਿ ਸਿੱਖ ਧਰਮ ਦੇ ਬਾਨੀ ਨੇ, ਉਹਨਾਂ ਨੇ ਉਹਨਾਂ ਦੇ ਜਦੋਂ ਜੀਵਨ ਨੂੰ ਦੇਖਦੇ ਹਾਂ ਉਹਨਾਂ ਨੇ ਚੌਂ ਦਿਸ਼ਾਵੇਂ ਜਿਹੜੀਆਂ ਲੰਮੀਆਂ ਲੰਮੀਆਂ ਹਜ਼ਾਰਾਂ ਮੀਲਾਂ ਦੀਆਂ ਜਿਹੜੀਆਂ ਯਾਤਰਾਵਾਂ ਕੀਤੀਆਂ। ਗਏ ਕਿੱਥੇ ਉਹ? ਉਹ ਮੱਕੇ ਗਏ, ਉਹ ਜਗਨਨਾਥ ਦੇ ਮੰਦਰ ਗਏ, ਬਨਾਰਸ ਗਏ, ਸ਼੍ਰੀਲੰਕਾ ਵਰਗੇ ਦੇਸ਼ਾਂ 'ਚ ਗਏ। ਸੋ ਕਿੰਨੇ ਲੰਮੇ ਲੰਮੇ ਦੂਰ ਜਾ ਕੇ ਉਹਨਾਂ ਨੇ ਯਾਤਰਾਵਾਂ ਕੀਤੀਆਂ, ਬਸ ਘੁੰਮਣ ਵਾਸਤੇ ਨਹੀਂ ਗਏ, ਉਹ ਜੋਗੀਆਂ ਕੋਲ ਗਏ, ਸਿੱਧਾਂ ਨਾਲ ਉਹਨਾਂ ਨੇ ਲੰਮੀਆਂ ਲੰਮੀਆਂ ਜਿਹੜੀਆਂ ਵਿਚਾਰ ਗੋਸ਼ਟੀਆਂ ਕੀਤੀਆਂ। ਸਿੱਧ ਜੋਗੀ ਜਿਹੜੇ ਆ ਉਸ ਟਾਈਮ ਦੇ ਮੰਨੇ ਪਰਮੰਨੇ ਜਿਹੜੇ ਧਰਮ ਪ੍ਰਚਾਰਕ ਸੀ, ਜਿਨ੍ਹਾਂ ਕੋਲ ਇੰਨੀਆਂ ਰਿੱਧੀਆਂ ਸਿੱਧੀਆਂ ਸੀ ਅਤੇ ਕਲਾਵਾਂ ਸੀ ਜਿਨ੍ਹਾਂ ਕੋਲ, ਸੋ ਉਹਨਾਂ ਦੇ ਨਾਲ ਗੁਰੂ ਸਾਹਿਬ ਨੇ ਜਾ ਕੇ ਮੱਥਾ ਲਾਇਆ, ਉਹਨਾਂ ਨਾਲ ਵਾਰਤਾਲਾਪ ਕੀਤੀ, ਉਹਨਾਂ ਨਾਲ ਵਿਚਾਰ ਕੀਤੀ। ਗੁਰੂ ਸਾਹਿਬ ਫਿਰ
ਮੌਲੀਆਂ ਕੋਲ ਜਾਂਦੇ ਨੇ, ਉਹਨਾਂ ਨਾਲ ਗੱਲ ਕਰਦੇ, ਉਹਨਾਂ ਪੰਡਿਤਾਂ ਕੋਲ ਜਾਂਦੇ ਨੇ, ਉਹਨਾਂ ਨੂੰ ਆਪਣੇ ਸੰਵਾਦ ਦੇ ਨਾਲ ਉਹਨਾਂ ਨੂੰ ਉਹ ਉਹਨਾਂ ਨੂੰ ਟਿੱਚ ਕਰਦੇ ਨੇ, ਉਹਨਾਂ ਨੂੰ ਸਮਝਾਉਂਦੇ ਨੇ ਵੀ ਧਰਮ ਦਾ ਅਸਲ ਰਸਤਾ ਇਹ ਹੈ, ਤੁਸੀਂ ਲੋਕਾਂ ਨੂੰ ਨਾ ਭਰਮਾਓ। ਜੇ ਤੁਸੀਂ ਪਾਣੀ ਦੇ ਰਹੇ ਹੋ ਸੂਰਜ ਨੂੰ ਤਾਂ ਪਾਣੀ ਦੇਖੋ, ਮੈਂ ਉਹ ਪਾਣੀ ਦੇਣ ਦੀ ਦਾ ਜਿਹੜਾ ਕਰ ਰਹੇ ਨੇ, ਉਹ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਨੇ। ਇਸ ਤਰ੍ਹਾਂ ਉਹਨਾਂ ਨੇ ਆਪਣੀਆਂ ਜਿਹੜੀਆਂ ਹੈਗੀਆਂ ਯੁਕਤੀਆਂ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਸਿੱਧੇ ਰਾਹ ਪਾਇਆ, ਉਹਨਾਂ ਨੂੰ ਦੱਸਿਆ, ਅਤੇ ਉਹਨਾਂ ਲੋਕਾਂ ਨੂੰ ਦੱਸਿਆ ਜਿਹੜੇ ਧਰਮ ਦੇ ਵੱਡੇ ਵੱਡੇ ਵਿਦਵਾਨ ਸੀ, ਮੰਨੇ ਪਰਮੰਨੇ ਵਿਦਵਾਨ ਸੀ। ਸੋ ਇਸ ਲਈ ਸਿੱਖਾਂ ਦੇ ਖੂਨ ਦੇ ਵਿੱਚ ਹੀ ਹੈ ਕਿ ਉਹ ਜੇ ਜਬਰੀ ਕੋਈ, ਕਿਉਂਕਿ ਸਿੱਖਾਂ ਨੇ ਜਬਰੀ ਜਿਹੜਾ ਹੈ ਜਨੇਊ ਜਿਹੜਾ ਹੈਗਾ ਉਹ ਲੈਣ ਵੀ ਨਹੀਂ ਦਿੱਤਾ, ਅਤੇ ਉਹ ਜਬਰੀ ਪਾਇਆ ਵੀ ਨਹੀਂ ਹੈਗਾ। ਇਹ ਸਿੱਖ ਦੀ ਫਿਲਾਸਫੀ ਹੈ। ਜੇ ਕੋਈ ਧਰਮ ਤੋਂ ਗੁੰਮਰਾਹ ਯਕੀਨ ਨੂੰ ਕਰਕੇ ਉਹਦੇ ਧਰਮ ਤੋਂ ਦੂਰ ਕੀਤਾ ਜਾ ਰਿਹਾ ਜਾਂ ਉਹਨਾਂ ਨਾਲ ਧੋਖਾ ਕਰ ਰਹੇ ਹਾਂ, ਉਹ ਜਿਹੜਾ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ, ਤਾਂ ਉੱਥੇ ਸਿੱਖ ਦਾ ਇੱਕ ਇਹ ਫਰਜ਼ ਬਣ ਜਾਂਦਾ ਹੈ ਕਿ ਇਹ ਉਹ ਆਪਣਾ ਉੱਥੇ ਜਾ ਕੇ ਆਪਣੀ ਮੌਜੂਦਗੀ ਜਿਹੜੀ ਕਰੇ ਅਤੇ ਉਹ ਉਸ ਦਾ ਭਾਂਡਾ ਫੋੜ ਕਰੇ। ਭਾਂਡਾ ਫੋੜ ਮਤਲਬ ਉਹਨਾਂ ਦਾ ਜਿਹੜਾ ਉਹਨਾਂ ਨੇ ਇਹ ਬਣਾ ਰੱਖਿਆ ਹੈ, ਜਿਹੜਾ ਲੋਕਾਂ ਨੂੰ ਦਿਖਾਉਣ 'ਚ ਕੁਛ ਹੈ ਅਤੇ ਅੰਦਰ ਕੁਛ ਹੈਗਾ, ਤਾਂ ਉਹਨੂੰ ਬਾਹਰ ਉਹਨਾਂ ਦੇ ਸਾਹਮਣੇ ਲਿਆਇਆ ਜਾਵੇ। ਸੋ ਕਿਤੇ ਨਾ ਕਿਤੇ ਜੇ ਆਪਾਂ ਦੇਖਿਆ ਜਾਵੇ, ਜਬ ਆਪ ਕੀ ਔਧ ਨਿਧਾਨ ਬਣੇ, ਜਿਹੜੀ ਗੱਲ ਹੈ ਇੱਥੇ ਤੱਕ ਪਹੁੰਚੀ ਕਿਉਂ, ਉਹਨਾਂ ਨੂੰ ਆਪਣੇ ਤਲਵਾਰਾਂ ਕਿਉਂ ਨਿਹੰਗ ਸਿੰਘਾਂ ਨੂੰ ਕੱਢਣੀਆਂ ਪਈਆਂ? ਸਾਡੀਆਂ ਜਿਹੜੀਆਂ ਸੰਸਥਾਵਾਂ ਹੈ, ਸ਼੍ਰੋਮਣੀ ਸੰਸਥਾਵਾਂ, ਸਿੱਧਾ ਕਹਾਂਗਾ ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਜਿਹੜੀਆਂ ਮੋਹਰੀ ਬਣ ਕੇ, ਜਿਨ੍ਹਾਂ ਨੇ ਆਪਣੇ ਸਿਰ 'ਤੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਧਰਮ ਦਾ ਪ੍ਰਚਾਰ ਕਰਾਂਗੇ, ਅਸੀਂ ਗੁਰਦੁਆਰਿਆਂ ਦੀ ਜਿਹੜੀ ਹੈ ਸੇਵਾ ਸੰਭਾਲ ਕਰਾਂਗੇ, ਅਤੇ ਉਹ ਇੱਥੇ ਬਿਲਕੁਲ ਫੇਲ ਹੈ। ਉਹਨਾਂ ਦੇ ਪ੍ਰਚਾਰਕ ਜਿਹੜੇ ਹੈਗੇ ਨੇ, ਪ੍ਰਚਾਰਕ ਸਾਡੇ ਜਿਹੜੇ ਹੈਗੇ ਨੇ, ਉਹ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵੀ ਬਹਿ ਕੇ ਸਿੱਧੇ ਜਿਹੜੇ ਹੈਗੇ ਗੀਤ ਜਾਂ ਭਜਨ ਗਾਣੇ ਸ਼ੁਰੂ ਕਰ ਦਿੱਤੇ, ਅਮਰ ਸਿੰਘ ਕ੍ਰਿਸ਼ਨਾ ਤੇਰੀ ਮੁਰਲੀ 'ਤੇ ਭਲਾ ਕੌਣ ਨਹੀਂ ਨੱਚਦਾ। ਸਾਡੇ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿਹੜੀਆਂ ਹੈਗੇ ਹੈ ਜਿਹੜੀਆਂ ਬੀਬੀਆਂ ਜਿਹੜੀਆਂ ਰਾਧਾ ਬਣ ਕੇ ਨੱਚ ਰਹੀਆਂ ਨੇ, ਅਤੇ ਉਹ ਸਾਡਾ ਜਿਹੜਾ ਇਹ ਸ਼੍ਰੋਮਣੀ ਸੰਸਥਾਵਾਂ ਨੇ ਹੈਗੀਆਂ, ਇਹ ਆਪਣੇ ਪ੍ਰਚਾਰ ਦੇ ਵਿੱਚ ਬਿਲਕੁਲ ਫੇਲ ਹੋ ਰਹੀਆਂ। ਇਹਦੇ 'ਚ ਕੋਈ ਦੋ ਰਾਏ ਨਹੀਂ, ਇੱਥੇ ਤੱਕ ਇਹ ਜੇ ਨੌਬਤ ਪਹੁੰਚੀ ਹੈ। ਕਿਉਂ ਨਹੀਂ, ਸਿੱਖਾਂ ਨੇ ਬੜੇ ਆਪਣੇ ਖੂਨ ਪਸੀਨੇ ਦਾ ਜਿਹੜਾ ਹੈਗਾ ਦਸਵੰਦ ਆਪਣਾ ਕੱਢ ਕੱਢ ਕੇ ਗੋਲਕਾਂ 'ਚ ਪਾਉਂਦੇ ਨੇ ਤਾਂ ਕਿ ਧਰਮ ਦਾ ਪ੍ਰਚਾਰ ਹੋ ਸਕੇ, ਸਹੀ ਹੋ ਸਕੇ, ਤਾਂ ਪਰ ਨਹੀਂ ਹੋ ਰਿਹਾ। ਤਾਂ ਇਹ ਜਿਹੜਾ ਕਾਰਨ ਅੱਜ ਬਣ ਰਿਹਾ ਕਿ ਅੱਜ ਜੇ ਈਸਾਈ ਧਰਮ ਨੇ ਇੰਨਾ ਪ੍ਰਸਾਰਾ ਕੀਤਾ, ਜੇ ਸਾਡੇ ਸਿੱਖ ਪਰਿਵਾਰਾਂ ਦੇ ਬੱਚੇ ਜਾਂ ਪਰਿਵਾਰ ਜਿਹੜੇ ਹੈਗੇ ਉਹ ਈਸਾਈ ਬਣ ਰਹੇ ਨੇ, ਤਾਂ ਉਹ ਉਹਨਾਂ ਦੇ ਪਿੱਛੇ ਕਾਰਨ ਕੀ ਹੈ? ਤਾਂ ਫੇਲ ਹੈ ਸਾਡੀ ਜਿਹੜੀ ਇਹ, ਸਾਡੇ ਮਿਸ਼ਨਰੀ ਨੇ ਉਹ ਫੇਲ ਆ, ਸਾਡੇ ਪ੍ਰਚਾਰਕ ਸਿਸਟਮ ਫੇਲ ਆ। ਸਾਨੂੰ ਸੋਚਣਾ ਚਾਹੀਦਾ, ਅਸੀਂ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਮੁਹੱਈਆ ਨਹੀਂ ਕਰਵਾ ਸਕੇ, ਅਸੀਂ ਕਿਉਂ ਨਹੀਂ ਕਰ ਸਕਦੇ? ਜਾਂ ਸਿੱਖ ਜਿਹੜਾ ਹੈਗਾ ਸਾਰੀ ਦੁਨੀਆ ਦੇ ਵਿੱਚ ਵਿਚਰ ਸਕਦਾ ਹੈ, ਜਿੱਥੇ ਵੀ ਕੋਈ ਔਖੀ ਭਾਰੀ ਹੁੰਦੀ ਹੈ ਸਿੱਖ ਉੱਥੇ ਖੜ੍ਹ ਜਾਂਦਾ। ਸਿੱਖਾਂ ਕੋਲ ਪੈਸੇ ਦੀ ਕਮੀ ਹੈ? ਨਹੀਂ ਕਮੀ ਸਿੱਖਾਂ ਕੋਲ ਪੈਸੇ ਦੀ ਕਮੀ। ਸਿੱਖ ਜਾਂ ਦੂਸਰੇ ਦਾ ਪੇਟ ਭਰ ਸਕਦਾ, ਤਾਂ ਉਹ ਆਪਣੇ ਧਰਮ ਦਾ ਪ੍ਰਚਾਰ ਕਿਉਂ ਨਹੀਂ ਕਰ ਸਕਦਾ? ਸਾਡੀਆਂ ਨੀਤਾਂ ਦੇ ਵਿੱਚ ਖੋਟਾਂ ਹੀ, ਅਸੀਂ ਤਾਂ ਨਹੀਂ ਕਰ ਪਾ ਰਹੇ ਹਾਂ। ਸੋ ਇਹ ਸਾਨੂੰ ਬੜਾ ਸੋਚਣ ਦੀ ਲੋੜ ਹੈ ਵੀ ਆਪਣੀ ਖੋਟ, ਜਿਹੜੀ ਮਨ ਦੀ ਖੋਟ ਨੂੰ ਦੂਰ ਕਰਕੇ ਇੱਕ ਮੁੱਠ ਹੋ ਕੇ ਅਸੀਂ ਪ੍ਰਚਾਰ ਕਰੀਏ, ਅਤੇ ਪਲੱਸ ਜਿਹੜਾ ਹੈਗਾ ਇਹ ਜਿਹੜੀ ਗੱਲ ਹੈ ਵੀ ਜਿਹੜਾ ਕਾਰਨ, ਇਹਦਾ ਕਾਰਨ ਲੱਭੀਏ, ਅਸਲ ਕਾਰਨ ਕੀ ਹੈਗਾ। ਜੇ ਸਾਡੇ ਨਿਹੰਗ ਸਿੰਘ ਵੀਰਾਂ ਨੂੰ ਗੁੱਸਾ ਆਇਆ ਹੈ, ਅਤੇ ਉਹਨਾਂ ਨੂੰ ਗੁੱਸਾ ਕਿਉਂ ਆਇਆ, ਇੱਥੇ ਤੱਕ ਕੀ ਨੌਬਤ ਆਈ ਹੈ, ਅਤੇ ਸਾਨੂੰ ਉਸ ਨੌਬਤ ਨਹੀਂ ਆਉਣ ਦੇਣੀ ਚਾਹੀਦੀ, ਉਹਨਾਂ ਨਾਲ ਡਾਇਲੋਗ ਸਾਨੂੰ ਕਰਨਾ ਚਾਹੀਦਾ। ਸਾਨੂੰ ਐਸੇ ਪ੍ਰਚਾਰਕ ਖੜ੍ਹੇ ਕਰਕੇ ਉਹਨਾਂ ਨੂੰ ਵੰਗਾਰਨਾ ਚਾਹੀਦਾ, ਉਹਨਾਂ ਨੂੰ ਇੱਕ ਸਟੇਜ 'ਤੇ ਖੜ੍ਹ ਕੇ ਗੋਸ਼ਟੀ ਕਰਨੀ ਚਾਹੀਦੀ ਹੈ। ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਵਾਰ ਹੈ, ਉਹਨਾਂ ਨੂੰ ਉਸੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਜਵਾਬ ਦੇਣਾ ਚਾਹੀਦਾ ਹੈ। ਜੇ ਅੱਗੇ ਉਹ ਤਲਵਾਰ ਕੱਢ ਕੇ ਆਉਣ ਤਾਂ ਤਲਵਾਰ ਸਿੱਖ ਕੱਢਦਾ ਹੈ, ਜੇ ਉਹ ਸਾਹਮਣੇ ਉਹ ਗਿਆਨ ਦੇ ਨਾਲ ਗੱਲ ਕਰਦੇ ਨੇ ਤਾਂ ਗਿਆਨ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸੋ ਉਹਨਾਂ ਦੀਆਂ ਜਿਹੜੀਆਂ ਇਹ ਕਰਾਮਾਤਾਂ, ਉਹਨਾਂ ਦੇ ਉਹਨਾਂ ਦਾ ਜਿਹੜਾ ਪਿਛਲਾ ਸੱਚ ਹੈ ਉਹ ਦੁਨੀਆ ਦੇ ਸਾਹਮਣੇ ਸਾਨੂੰ ਲਿਆਉਣ ਦੀ ਲੋੜ ਹੈਗੀ ਹੈ, ਨਾ ਕਿ ਸਾਨੂੰ ਸਾਡੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਸਾਡੇ ਹਾਲਾਤ ਪੈਦਾ ਹੋਣ, ਜਿਹਦੇ ਨਾਲ ਕਿਹੜਾ ਸਾਡਾ ਇੰਟਰਨੈਸ਼ਨਲ ਪੱਧਰ 'ਤੇ ਜਿਹੜੀ ਹੈ, ਸਾਨੂੰ ਸਾਡੇ ਜਿਹੜੇ ਬਾਹਰ ਵੀਰ ਬੈਠੇ ਨੇ ਉਹਨਾਂ ਲਈ ਵੀ ਜਿਹੜੀ ਹੈਗੀ ਕੋਈ ਨਾ ਕਿਤੇ ਕੋਈ ਨਾ ਕੋਈ ਮੁਸ਼ਕਲ ਖੜ੍ਹੀ ਹੋ ਜਾਏ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਵੀ ਇਹ ਸਾਡੀਆਂ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਸੰਸਥਾਵਾਂ ਜਿਹੜੀਆਂ ਹੈਗੀਆਂ, ਜਿਹੜੀਆਂ ਪ੍ਰਚਾਰ ਕਰ ਰਹੀਆਂ ਨੇ, ਜਿਹੜੇ ਜਿਨ੍ਹਾਂ ਨੂੰ ਫੰਡਿੰਗ ਵੀ ਹੋ ਰਹੀ ਹੈ, ਸੋ ਇਸ ਪਾਸੇ ਸੋਚਣ, ਉਹ ਕੋਈ ਨਾ ਕੋਈ ਐਸਾ ਇੱਕ ਮੈਪ ਬਣਾਵੇ ਤਾਂ ਕਿ ਉਹ ਧਰਮ ਦਾ ਚੰਗੀ ਤਰ੍ਹਾਂ ਪ੍ਰਸਾਰ ਹੋ ਸਕੇ, ਅਤੇ ਘਰ ਘਰ ਪਿੰਡ ਪਿੰਡ ਦੇ ਵਿੱਚ ਗੁਰਸਿੱਖੀ ਦੇ ਅਸਲ ਫਲਸਫੇ ਦੀ ਜਿਹੜੀ ਗੱਲ ਕੀਤੀ ਜਾ ਸਕਦੀ, ਸਾਡੇ ਜਿਹੜੇ ਪ੍ਰਚਾਰਕ ਆ ਉਹਨਾਂ ਨੂੰ
ਉਹ ਜਿਹੜਾ ਹੈਗਾ ਕੀ ਕਹਿੰਦੇ ਲਿਟਰੇਚਰ ਦਿੱਤਾ ਜਾਵੇ, ਤਿਆਰ ਕੀਤਾ ਜਾਵੇ ਉਸ ਪੱਧਰ ਦਾ, ਤਾਂ ਕਿਤੇ ਜਾ ਕੇ ਇਹਦਾ ਕੋਈ ਹੱਲ ਹੋਣਾ। ਇਹ ਤਾਂ ਇੱਕ ਛੋਟੀ ਜਿਹੀ ਗੱਲ ਨਹੀਂ ਹੈਗੀ, ਇਹ ਵੱਡੇ ਪੱਧਰ 'ਤੇ ਇਹਦੇ ਕਾਰਜ ਕਰਨੇ ਲੋੜੀਂਦੇ ਨੇ। ਜੇ ਅਜਿਹਾ ਕੰਮ ਹੁੰਦਾ ਜਿੱਥੇ ਕਿ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਜਾਂ ਲੋਕਾਂ ਨੂੰ ਉਹਨਾਂ ਨਾਲ ਧੋਖਾ ਹੁੰਦਾ ਹੈ, ਤਾਂ ਉੱਥੇ ਸਿੱਖ ਜਿਹੜਾ ਹੈਗਾ ਖੜ੍ਹਦਾ ਹੈ, ਜਾਂ ਧਾਰਮਿਕ ਪੱਖੋਂ ਉਹਨਾਂ ਨੂੰ ਗਲਤ ਜਿਹੜੀ ਸਿੱਖਿਆ ਦੇ ਕੇ ਉਹਨਾਂ ਨੂੰ ਉਹਨਾਂ ਦੇ ਧਾਰਮ ਤੋਂ ਦੂਰ ਕੀਤਾ ਜਾਂਦਾ। ਕੇਵਲ ਸਿੱਖਾਂ ਨੂੰ ਨਹੀਂ, ਹਿੰਦੂਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ, ਸਾਰਿਆਂ ਨੂੰ ਹੀ। ਅਤੇ ਉਹ ਜਿਹੜੇ ਹੈਗੇ ਹਰ ਇੱਕ ਧਰਮ ਨੇ ਆਪਣਾ ਇੱਕ ਹਿੱਸਾ ਬਣਾ ਰੱਖਿਆ ਹੈ ਵੀ ਬੰਦੇ ਵੱਧ ਤੋਂ ਵੱਧ ਆਪਣੇ ਨਾਲ ਜੁੜੇ ਜਾਣ, ਅਤੇ ਕਈ ਤਰ੍ਹਾਂ ਦੇ ਕਈ ਸੁਸਾਇਟੀਆਂ ਕਈ ਧਰਮ ਐਸੇ ਐਸੇ ਬਿਆਨ ਦੇ ਰਹੇ ਨੇ ਵੀ ਆਪਣੇ 10 ਬੱਚੇ ਕਰੋ, ਆਪਣੇ 4 ਬੱਚੇ ਕਰੋ, ਇਸ ਤਰ੍ਹਾਂ ਦੇ ਬਿਆਨ ਜਿਹੜੇ ਹੈਗੇ ਆ ਕੀਤੇ ਜਾ ਰਹੇ, ਅਤੇ ਉਹਨਾਂ ਨੂੰ ਗਾਹਾਂ ਲਾਲਚ ਵੀ ਦਿੱਤੇ ਜਾ ਰਹੇ ਨੇ। ਅਤੇ ਹਰ ਇੱਕ ਧਰਮ ਦਾ ਇੱਕ ਏਜੰਡਾ ਹੀ ਬਣ ਚੁੱਕਿਆ ਕਿ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਵਾਸਤੇ ਆਪਣੀ ਜਨਸੰਖਿਆ ਨੂੰ ਵਧਾਇਆ ਜਾਵੇ। ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਤਾਂ 1699 ਦੀ ਵਿਸਾਖੀ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਕਿ 80,000 ਦਾ ਇਕੱਠ ਅਤੇ ਉਹਦੇ ਵਿੱਚੋਂ 5 ਸਿੰਘ ਚੁਣਨੇ, ਤਾਂ ਇਹਦਾ ਕੋਈ ਜਿਹੜਾ ਹੈਗਾ ਵੀ ਕੁਆਂਟਿਟੀ ਨਹੀਂ ਕੁਆਲਿਟੀ ਦੀ ਗੱਲ ਕੀਤੀ ਹੈ। ਸੋ ਇਹ ਗੱਲ ਇਹ ਵੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ, 5 ਹੈ ਤਾਂ 5 ਆਪਣੇ ਹੋਣੇ ਚਾਹੀਦੇ ਨੇ। ਜੇ ਅਸੀਂ ਪਰਮਾਰ ਕਰ ਲਈ ਤਾਂ ਫਿਰ ਉਹ ਇਸ ਤਰ੍ਹਾਂ ਹੀ ਛੱਡ ਕੇ ਜਾਣਗੇ। ਜਿਹੜਾ ਸਿੱਖ ਹੈਗਾ ਅਸਲ ਸਿੱਖ ਹੈਗਾ ਉਹ ਆਰਿਆਂ 'ਤੇ ਵੀ ਚੜ੍ਹਿਆ, ਉਹ ਦੇਗਾਂ ਵਿੱਚ ਵੀ ਉਬਲਿਆ, ਉਹਨਾਂ ਬੰਦ ਵੀ ਕਟਵਾਏ, ਉਹਨੂੰ ਨਾ ਤਾਂ ਕੋਈ ਲਾਲਚ ਉਹਨੂੰ ਕੋਈ ਆਪਣੇ ਵੱਲ ਖਿੱਚ ਸਕਿਆ, ਅਤੇ ਨਾ ਹੀ ਕੋਈ ਉਹਨਾਂ ਨੂੰ ਡਰਾਵਾ ਹੀ ਉਹਨਾਂ ਨੂੰ ਆਪਣੇ ਵੱਲ ਖਿੱਚ ਸਕਿਆ। ਜਿੱਥੇ ਤੱਕ ਭੈਣਾਂ ਨੇ ਵੀ ਮਾਵਾਂ ਨੇ ਵੀ ਆਪਣੇ ਬੱਚਿਆਂ ਦੇ ਟੋਟੇ ਟੋਟੇ ਆਪਣੇ ਗਲਾਂ 'ਚ ਪਵਾਏ, ਅਤੇ ਉਹ ਕਿਸੇ ਲਾਲਚ ਵੱਸ ਜਾਂ ਡਰਾਵੇ ਕਾਰਨ ਸਿੱਖੀ ਨਹੀਂ ਛੱਡਦਾ ਹੈਗਾ। ਸੋ ਸਾਨੂੰ ਐਸੇ ਸਿੱਖਾਂ ਦੀ ਹੀ ਲੋੜ ਹੈ। ਜੇ ਇਹ ਸਿੱਖ ਜਿਹੜੇ ਜਾ ਰਹੇ ਨੇ ਕਰਨ, ਸਿੱਖ ਸੀ ਸਿੱਖ ਦੇ ਭੇਖ ਦੇ ਵਿੱਚ ਬੜੇ ਬੈਠੇ ਨੇ ਅੱਜ ਕੱਲ੍ਹ, ਜਿਹੜੇ ਸਿੱਖੀ ਦਾ ਹੀ ਵਿਰੋਧ ਕਰੀ ਜਾਂਦੇ ਨੇ, ਪੱਗਾਂ ਬੜੀਆਂ ਵਧੀਆ ਬੰਨੀਆਂ ਹੋਈਆਂ ਨੇ। ਤਾਂ ਸਾਨੂੰ ਪਹਿਚਾਨਣ ਦੀ ਲੋੜ ਹੈ, ਗਿਣਤੀ ਜ਼ਰੂਰੀ ਹੈ ਪਰ ਗਿਣਤੀ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਜਿਹੜੀ ਪਿਓਰਿਟੀ ਹੈ ਸਾਡੀ ਕੁਆਲਿਟੀ ਹੈ ਉਹਨੂੰ ਨਾ ਅਸੀਂ ਕਿਤੇ ਭੁੱਲ ਜਾਈਏ। ਖਾਲਸ ਚੀਜ਼ ਹੈ, ਖਾਲਸ ਕਿਵੇਂ ਤਿਆਰ ਕਰਨਾ ਹੈ ਉਹੀ ਗੁਰੂ ਨਾਨਕ ਦਾ ਫਲਸਫਾ ਹੈ, ਅਤੇ ਸਾਨੂੰ ਲੀਕ ਜਿਹੜੀ ਸਾਨੂੰ ਕੱਢਣੀ ਪੈਣੀ ਹੈ ਵੀ ਜੋ ਤੂੰ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ, ਅਤੇ ਉੱਥੇ ਤੱਕ ਉਹਨਾਂ ਨੂੰ ਜੇ ਕੋਈ ਆਉਂਦਾ ਹੈ ਅਤੇ ਜੇ ਆ ਜਾਂਦਾ ਤਾਂ ਉਹ ਫਿਰ ਪਿੱਛੇ ਨਹੀਂ ਜਾਵੇਗਾ। ਪ੍ਰਚਾਰ ਸਾਡਾ ਐਡਾ ਜ਼ਰੂਰੀ ਹੈਗਾ, ਉਹ ਜ਼ਰੂਰੀ ਕਿਵੇਂ ਹੋਵੇਗਾ ਕਿਵੇਂ, ਇਸ ਬਾਰੇ ਸੋਚਣਾ ਚਾਹੀਦਾ ਹੈ, ਅਤੇ ਇਹਨਾਂ ਲੋਕਾਂ ਨਾਲ ਡਾਇਲੋਗ ਕਰਨੇ ਚਾਹੀਦੇ ਨੇ। ਹੁਣ ਮੈਂ ਜਿਹੜਾ ਇੱਕ ਸਵਾਲ ਕੀਤਾ ਸੀ ਵੀ ਕਿ ਸਾਡੇ ਮਰ ਚੁੱਕੇ ਅਜੀਤ ਦੁਬਾਰਾ ਜੀ ਉੱਠਣਗੇ, ਇਹ ਇੱਕ ਅਜਿਹਾ ਸਵਾਲ ਹੈ ਕਿ ਮਿਸ਼ਨਰੀ ਕਿਵੇਂ ਤੁਹਾਡੇ 'ਤੇ ਅਟੈਕ ਕਰਦੇ ਨੇ, ਕਿਵੇਂ ਤੁਹਾਨੂੰ ਆਪਣੇ ਵੱਲ ਲੈ ਕੇ ਜਾਂਦੇ ਨੇ, ਕਿਵੇਂ ਤੁਸੀਂ ਤੁਹਾਡੇ ਬੂਹੇ 'ਤੇ ਆ ਕੇ ਖੜ੍ਹ ਜਾਂਦੇ ਨੇ। ਇਹ 2017 ਦੀ ਗੱਲ ਹੈ, ਮੈਂ ਪਟਿਆਲੇ ਰਹਿ ਰਿਹਾ ਸੀ ਅਤੇ ਮੇਰੇ ਘਰ ਦੀ ਘੰਟੀ ਵੱਜੀ, ਅਤੇ ਮੈਂ ਜਦੋਂ ਬਾਹਰ ਆਇਆ ਤਾਂ ਉੱਥੇ ਦੇਖਿਆ ਵੀ 2 ਬੰਦੇ ਖੜ੍ਹੇ ਨੇ ਜਿਨ੍ਹਾਂ ਦੀ ਉਮਰ 58 ਕੁ ਸਾਲ ਦੇ ਲਾਗੇ ਸੀ। ਵਿਜ਼ਨ 1469 ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।